ਭਿਆਨਕ ਸੜਕੀ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਜ਼ਰਾ ਗੌਰ ਨਾਲ ਦੇਖੋ ਇਹ ਤਸਵੀਰਾਂ, ਕਿਸ ਤਰੀਕੇ ਦੇ ਨਾਲ ਫਲਾਈਓਵਰ ਤੇ ਜਾ ਰਿਹਾ ਇੱਕ ਟਰਾਲਾ ਥੱਲੇ ਆ ਕੇ ਡਿੱਗ ਪਿਆ, ਪਾਣੀ ਵਾਲੇ ਟੈਂਕਰ ਤੇ ਆ ਕੇ ਇਹ ਟਰਾਲਾ ਡਿੱਗ ਪਿਆ, ਔਰ ਕਿਵੇਂ ਮੋਟਰਸਾਈਕਲ ਅਤੇ ਕਾਰ ਵਾਲੇ ਨੇ ਆਪਣਾ ਬਚਾਅ ਕੀਤਾ, ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ। ਦਰਅਸਲ ਫਲਾਈਓਵਰ ਤੇ ਜਾ ਰਹੇ ਟਰਾਲੇ ਦੀ ਰਫ਼ਤਾਰ ਕਾਫ਼ੀ ਤੇਜ਼ ਸੀ ਔਰ ਉਹ ਸੰਤੁਲਨ ਗਵਾ ਬੈਠਾ, ਰੇਲਿੰਗ ਨੂੰ ਤੋੜਦੇ ਹੋਏ ਥੱਲੇ ਜਾ ਰਹੇ ਪਾਣੀ ਵਾਲੇ ਟੈਂਕਰ ਤੇ ਜਾ ਡਿੱਗਾ, ਔਰ ਮੌਕੇ ਤੇ ਹੀ ਕੂਕ ਰੌਲਾ ਪੈ ਗਿਆ ਔਰ ਟਰੈਕਟਰ ਚਾਲਕ ਜਿਸ ਦੇ ਪਿੱਛੇ ਪਾਣੀ ਵਾਲਾ ਟੈਂਕਰ ਸੀ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜੈਪੁਰ ਦੇ ਵਿੱਚ ਅਜਮੇਰ ਦਿੱਲੀ ਐਕਸਪ੍ਰੈਸ ਵੇ ਤੇ ਇਹ ਭਿਆਨਕ ਹਾਦਸਾ ਹੋਇਆ। ਹਾਦਸੇ ਦੌਰਾਨ ਟਰੈਕਟਰ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚ ਗਏ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ। ਤਾਂ ਫਲਾਈਓਵਰ ਤੋਂ ਇਹ ਟਰਾਲਾ ਡਿੱਗ ਪਿਆ, ਥੱਲੇ ਜਾ ਰਹੇ ਪਾਣੀ ਵਾਲੇ ਟੈਂਕਰ ਤੇ ਆ ਕੇ ਡਿੱਗ ਪਿਆ ਔਰ ਇੱਥੇ ਭਾਰੀ ਨੁਕਸਾਨ ਹੋਇਆ। ਮੋਟਰਸਾਈਕਲ ਸਵਾਰ ਜੋ ਘਟਨਾ ਮੌਕੇ ਇੱਥੇ ਆ ਜਾ ਰਹੇ ਸੀ, ਉਹਨਾਂ ਨੇ ਇੱਕਦਮ ਆਪਣਾ ਬਚਾਅ ਕੀਤਾ ਔਰ ਪਾਣੀ ਵਾਲੇ ਟੈਂਕਰ ਦੇ ਪਿੱਛੇ ਇੱਕ ਕਾਰ ਵੀ ਜਾ ਰਹੀ ਸੀ ਜਿਸ ਤੇ ਅਚਾਨਕ ਬ੍ਰੇਕ ਲੱਗੇ ਇਸ ਹਾਦਸੇ ਨੂੰ ਦੇਖ ਕੇ ਔਰ ਉਸਦਾ ਵੀ ਬਚਾਅ ਰਿਹਾ। ਇਸ ਹਾਦਸੇ ਦੇ ਵਿੱਚ ਟਰੈਕਟਰ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਔਰ ਇਹ ਖਤਰਨਾਕ ਮੰਜ਼ਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ, ਫਿਲਮ ਦੇ ਸੀਨ ਵਾਂਗੂ ਇਹ ਭਿਆਨਕ ਹਾਦਸਾ ਹੋਇਆ। ਫਲਾਈਓਵਰ ਤੋਂ ਧਰਮ ਦੇਣੇ ਇਹ ਟਰਾਲਾ ਜਿਹੜਾ ਇਹ ਪਾਣੀ ਵਾਲੇ ਟੈਂਕਰ ਤੇ ਜੋ ਕਿ ਥੱਲੇ ਸੜਕ ਤੇ ਜਾ ਰਿਹਾ ਸੀ ਉੱਥੇ ਡਿੱਗ ਪਿਆ। ਕਾਫੀ ਫੁੱਟ ਦੀ ਉਚਾਈ ਤੋਂ ਫਲਾਈਓਵਰ ਤੋਂ ਇਹ ਟਰਾਲਾ ਜਿਹੜਾ ਇਹ ਥੱਲੇ ਡਿੱਗਿਆ ਪਾਣੀ ਵਾਲੇ ਟੈਂਕਰ ਤੇ, ਵੱਡੇ ਪੱਧਰ ਤੇ ਨੁਕਸਾਨ ਹੋਇਆ ਔਰ ਕਈਆਂ ਨੇ ਇੱਕਦਮ ਸੁਚੇਤ ਹੋ ਕੇ ਆਪਣੀ ਜਾਨ ਬਚਾਈ ਹੈ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।